ਸ਼੍ਰੋਮਣੀ ਕਮੇਟੀ ਦੇ ਸਕੂਲ ਨੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੀ ਫੀਸ ਜਿਹੜੀ ਹੈ ਦੂਜੇ ਸਕੂਲਾਂ ਨਾਲੋਂ ਜ਼ਿਆਦਾ ਹੀ ਹੈ ਸ਼੍ਰੋਮਣੀ ਕਮੇਟੀ ਦੇ ਕੋਲ ਸਾਡੇ ਜੋ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਹਸਪਤਾਲ ਪੈਸੇ ਨਾਲ ਬਣੇ ਉਹ ਨੇ ਉੱਥੇ ਜੇ ਕੋਈ ਸਿੱਖ ਚਲਾ ਜਾਵੇ ਜਾਂ ਆਮ ਬੰਦਾ ਚਲਾ ਜਾਵੇ ਉਹਦਾ ਉੱਥੇ ਲਾਜ ਨਹੀਂਗਾ ਜਿਹੜੇ ਸਾਈਆਂ ਨੇ ਬਾਹਰੋਂ ਆਣ ਕੇ ਸਕੂਲ ਬਣਾਤੇ ਉੱਥੇ ਬੱਚੇ ਜਿਹੜੇ ਨੇ ਉਹਨਾਂ ਦੇ ਲਿਜਾ ਕੇ ਕਹਿੰਦੇ ਨੇ ਜਿਹੜਾ ਸਾਡੇ ਧਰਮ ਵਿੱਚ ਆਵੇ ਉਹਨਾਂ ਨੂੰ ਅਸੀਂ ਫੀਸ ਘਟਾਵਾਂਗੇ ਉਹਨਾਂ ਨੂੰ ਆਹ ਕਰਾਂਗੇ ਤੁਸੀਂ ਕੀ ਕੀਤਾ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਗਰੀਬ ਉਹਨਾਂ ਦੇ ਬੱਚੇ ਆਪ ਸਕੂਲਾਂ ਵਿੱਚ ਪੜ੍ਹਾਏ ਨੇ ਤੁਸੀਂ ਜਿਹੜੇ ਗਰੀਬ ਨੇ ਜੋ ਬਿਮਾਰ ਹੋ ਜਾਂਦਾ ਹੈ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਹਸਪਤਾਲ ਬਣਿਆ ਉੱਥੋਂ ਉਹਨਾਂ ਦਾ ਇਲਾਜ ਕਰਵਾਇਆ ਉੱਥੇ ਦਾ ਤੁਸੀਂ ਪਿਆਰੋ ਉਹਨਾਂ ਨਾਲ ਵਿਚਕਰਾ ਕਰਦੇ ਹੋ ਲੋਕਾਂ ਨੂੰ ਵੜਨ ਨਹੀਂ ਦਿੰਦੇ ਗੁਰੂ ਘਰ ਦਾ ਪੈਸਾ ਖਾਦੀ ਜਾਂਦੇ ਹੋ ਇੱਕ ਟੁੱਟਾ ਜਾਂ ਬਿਆਨ মিডিਆ ਅੱਗੇ ਦੇ ਕੇ ਲੋਕਾਂ ਵਿੱਚ ਫਸਾਦ ਪਾ ਕੇ ਆਪਣੀ ਕੁਰਸੀ ਹਰੀ ਕਾਇਮ ਰੱਖਣਾ ਚਾਹੁੰਦੇ ਉਹ ਨਹੀਂ ਬੰਨੀ ਗੱਲ ਇਸ ਕਰਕੇ ਖਾਲਸਾ ਜੀ ਜਿਹੜੇ ਸਕੂਲ ਜਿਵੇਂ ਜਲਾਲਾਂਵਾਦ ਇਹਨਾਂ ਨੇ ਭਾਈ ਮਾਨ ਸਿੰਘ ਸਕੂਲ ਉਹੀ ਬੜਾ ਔਕਾ ਲਿਆ ਪਰ ਉੱਥੇ ਜਿਹੜਾ 300 ਬੱਚਾ ਸਾਰਾ ਮੈਂ ਪ੍ਰਿੰਸੀਪਲ ਮੇਰੇ ਬੱਚੇ ਪੜ੍ਹਦੇ ਰਹੇ ਮੈਂ ਦੇ ਬੱਚੇ ਪੜ੍ਹਦੇ ਰਹੇ ਮੈਂ ਪੜਾਉਂਦਾ ਰਿਹਾ ਬੱਚੇ ਪਰ ਮੇਰੇ ਤੇ ਫੀਸ ਇਹਨਾਂ ਨੇ 80000 ਰੁਪਇਆ ਬਣਾ ਦਿੱਤੀ ਮੈਂ ਉਹ ਸਰਕਾਰੀ ਸਕੂਲ ਚ ਬੱਚੇ ਪਾਏ ਮੈਂ ਗੁਰੂ ਦਾ ਸਿੱਖ ਹਾਂ ਮੇਰੇ ਬੱਚੇ ਮੈਨੂੰ ਢੋਣੇ ਪਏ ਤੁਹਾਡਾ 80000 ਰੁਪਇਆ ਨਜਾਇਜ਼ ਬਣਾਇਆ ਕਿਉਂਕਿ ਮੈਂ ਸੱਚ ਤੁਹਾਡਾ ਬਿਆਨ ਕਰਦਾ ਇਸ ਕਰਕੇ ਤੁਸੀਂ ਕਹਤਾ ਵੀ ਇਹ 50000 ਤਰ ਫਿਰ ਮੈਂ ਐਸਡੀਮੋ ਕੋਲ ਜਾ ਕੇ ਜਿਹੜੇ ਬੱਚਿਆਂ ਹੁੰਦੇ ਸਰਟੀਫਿਕੇਟ ਸੀ ਜਿਹੜੇ ਮ ਲਈ ਲੈ ਕੇ ਆ ਮਰੋਣੇ ਉਹ ਬੜੇ ਔਖੇ ਲੈ ਅਗਾ ਬੱਚਿਆਂ ਨੂੰ ਮੈਂ ਤੋਰਿਆ ਮੇਰੇ ਬੱਚਿਆਂ ਦਾ ਵਿੱਕ ਤੁਸੀਂ ਖਰਾਬ ਕਰਨ ਲੱਗ ਪਏ ਮੇਰੇ ਬੱਚਿਆਂ ਦਾ ਕੀ ਗਣਾ ਫਿਰ ਕਨੇ ਸੂਬਾ ਸਹਰਾੰਦੇ ਸੂਬਾ ਸਹਰਾੰਦ ਨੇ ਗੁਰੂ ਗੋਬਿੰਦ ਸਿੰਘ ਮਾਰੇ ਤੋਂ ਬਦਲਾ ਲੈਣ ਦੀ ਬਜਾਏ ਬੱਚਿਆਂ ਨਾਲ ਹੀ ਅੱਖਾ ਕੀਤੀ ਇਹ ਕੰਮ ਤੁਹਾਡਾ ਤੁਸੀਂ ਬਦਲਾ ਲੈਂਦੇ ਮੇਰੇ ਕੋਲ ਲੈਂਦੇ ਤੁਸੀਂ ਮੇਰੇ ਬੱਚਿਆਂ ਨਾਲ ਕੀਤਾ ਮੈਂ ਜਿਉਂਦਾ ਜਾਗਦਾ ਤੁਹਾਡੇ ਅੱਗੇ ਸਬੂਤ ਦਿਨਾ ਆ ਤੁਸੀਂ ਮੈਨੂੰ ਨਹੀਂ ਬਖਸ਼ਿਆ ਤੇ ਮੈਨੂੰ ਤੁਸੀਂ ਹੋਰ ਧਰਮ ਵਾਲੇ ਪਾਸੇ ਧੱਕਣ ਦਾ ਜ਼ੋਰ ਲਾਇਆ ਪਰ ਮੈਂ ਨਹੀਂ ਗਿਆ ਤੇ ਜਿਹੜੇ ਆਮ ਲੋਕ ਗਰੀਬ ਨੇ ਜਿਨ੍ਹਾਂ ਨੂੰ ਤੁਸੀਂ ਸੰਭਾਲਿਆ ਨਹੀਂਗਾ ਜੇ ਕੋਈ ਉਹਨਾਂ ਨੂੰ ਕੁਝ ਦੇਗਾ ਤੇ ਉਧਰ ਉਹ ਚਲੇ ਜਾਣਗੇ ਉਹਨਾਂ ਨੇ ਉਧਰ ਜਾਣਾ ਹੀ ਜਾਣਾ ਪਰ ਜੇ ਸਾਡੀ ਗੁਰੂ ਗੁਰੂ ਰਾਮਦਾਸ ਪਾਸ਼ਾ ਦੀ ਗੋਲਕ ਦਾ ਪੈਸਾ ਸਹੀ ਲੱਗਦਾ ਸਹੀ ਪਿੰਡਾਂ ਦੇ ਵਿੱਚ ਵੰਡਿਆ ਜਾਂਦਾ ਸਹੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਵਿੱਦਿਆ ਦਿੱਤੀ ਜਾਂਦੀ ਤੇ ਸਹੀ ਗੁਰੂ ਘਰਾਂ ਦੇ ਵਿੱਚ ਜਾ ਕੇ ਗੁਰੂ ਘਰ ਬਣਾ ਕੇ ਇਹਨਾਂ ਦੇ ਪ੍ਰਚਾਰਕ ਜਿਹੜੇ ਨੇ ਰਾਤ ਦੇ ਦੋ ਦੋ ਦਵਾਨ ਲਾਉਂਦੇ ਜਿਵੇਂ ਮੈਂ ਲਾ ਰਿਆਂ ਆ ਮੈਂ ਦਵਾਨ ਲਾਉਣਾ ਕੀਰਤਨ ਕਰਦਾ ਉਹਨਾਂ ਨੂੰ ਸਦਕੇ ਧਰਮ ਜਿਹੜਾ ਸਹਾਈ ਏ ਉਹਦਾ ਵੀ ਜ਼ਿਕਰ ਕਰਦੀਦਾ ਸਿੱਖ ਧਰਮ ਦਾ ਵੀ ਜ਼ਿਕਰ ਕਰਦੀਦਾ ਪਰ ਇੱਕ ਗੱਲ ਮੈਂ ਸਾਰੇ ਸਿੱਖਾਂ ਨੂੰ ਕਹਾਂਗਾ ਭਾਈ ਠੀਕ ਹੈ ਇਹਨਾਂ ਦੀਆਂ ਬੜੀਆਂ ਬਹੁਤ ਨੀਝ ਹਰਕਤਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਪਰ ਜਸੂ ਮਸੀ ਇੱਕ ਸੂਲੀ ਤੇ ਚੜਿਆ 13 ਜਣੇ ਨਾਲ ਗਏ ਹੁੰਦੇ 13 ਗਏ ਤੇ 13 ਭੱਜ ਗਏ ਜੇਰਾ ਭੱਜ ਗਿਆ ਜਸੂ ਮਸੂ ਸੂਲੀ ਤੇ ਚੜ ਗਿਆ 13 ਨੰਬਰ ਨੂੰ ਸਾਈ ਧਰਮ ਨਫ਼ਰਤ ਕਰਨ ਲੱਗ ਪਿਆ ਜਾਓ ਸ ਆਪਣਾ ਚੰਡੀਗੜ੍ਹ ਉਥੇ 13 ਸੈਕਟਰ ਹੀ ਹੈ ਨੀਗਾ ਉਥੇ 13 ਸੈਕਟਰ ਹੈ ਨੀਗਾ ਨਫ਼ਰਤ ਕੀਤੀ ਪਰ ਸਾਡੇ ਗੁਰੂ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹਿੰਦੂਆਂ ਦਾ ਧਰਮ ਬਚਾਇਆ ਜਿਨ੍ਹਾਂ ਨੇ ਅੱਜ ਸਾਡੇ ਧਰਮ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਧਰਮ ਬਚਾਇਆ ਸਤਗੁਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਸਤੀਦਾਸ ਉਹਨਾਂ ਨੂੰ ਕਹਿੰਦੇ ਆ ਧਨ ਪਿਆ ਲੈ ਲੋ ਤੁਹਾਨੂੰ ਡੋਲੇ ਦੇ ਦਿਆਂਗੇ ਉਹਨਾਂ ਆਖਿਆ ਨਾ ਡੋਲੇ ਚਾਹੀਦੇ ਨੇ ਨਾ ਤੁਹਾਨੂੰ ਧਨ ਚਾਹੀਦਾ ਉਹਨਾਂ ਨੇ ਆਖਿਆ ਅਸੀਂ ਸ਼ਹੀਦੀ ਪ੍ਰਾਪਤ ਕਰਾਂਗੇ ਗੁਰੂ ਸਾਹਿਬ ਵਾਲੇ ਸਾਡਾ ਮੁਖ ਹੋਵੇ ਰੂਂਦੀ ਪੰਡ ਵਿੱਚ ਬੰਨ ਕੇ ਸਾੜ ਦਿੱਤਾ ਗਿਆ ਦੇਖ ਚੋ ਵਾਰ ਕੇ ਪਿਆਰੋ ਸ਼ਹੀਦ ਕਰ ਦਿੱਤਾ ਗਿਆ ਆਰੇ ਦੇ ਨਾਲ چیر ਦਿੱਤਾ ਗਿਆ ਪਰ ਗੁਰੂ ਵੱਲੇ ਮੁਖ ਰੱਖਿਆ ਸਾਡਾ ਧਰਮ ਬੜਾ ਵੱਡਾ ਕਿਸੇ ਦਾ ਧਰਮ ਉਹਨਾਂ ਨੂੰ ਮੁਬਾਰਕ ਸਾਡਾ ਇਹ ਧਰਮ ਵਿੱਚ ਚੱਪੇ-ਚੱਪੇ ਛੱਡ ਕੇ ਪੋਟੇ-ਪੋਟੇ ਵਿੱਚ ਇਤਿਹਾਸ ਹੈ ਪਰ ਸੁਣਾਣਾ ਸੁਣਾਉਣਾ ਕਿੰਨਾ ਨਹੀਂ ਸੀ ਸ਼ਰੋਮਣੀ ਕਮੇਟੀ ਨੇ ਇਹਨਾਂ ਨੇ ਸੁਣਾਇਆ ਨਹੀਂ ਲੋਕ ਜਿਹੜੇ ਉਧਰ ਗਏ ਚਲੇ ਗਣਾ ਤੁਸੀਂ ਲੋਕਾਂ ਦਾ ਕੱਢ ਰਹੇ ਹੋ ਤੇ ਲੋਕਾਂ ਨੂੰ ਲੜਾ ਰਹੇ ਜੀ ਡੁੱਗਲ ਹੱਥ ਡੰਗਾ ਡਾਂਗਾ ਫੜਾ ਰਹੇ ਜੀ